मॉर्निंग मॉर्निंग अब लेट यहाँ तो देखो सुते उठ के आगे नहाते भी नहीं आज तो ना लगते नहाता है मैं ਜਿਹੜਾ ਬੰਦਾ ਰਾਤ ਨੂੰ 3 ਵਜੇ ਸੋਵੇ ਤੇ ਸਵੇਰੇ 6 ਵਜੇ ਉੱਠ ਜਾਵੇ ਤਾਂ ਉਹਨੂੰ ਇਦਾਂ ਹੀ ਲੱਗਣਾ ਨਹੀਂ ਮੈਂ 6:30 ਵਜੇ ਉੱਠ ਕੇ 7:30 ਉੱਠ ਗਈ ਤੁਹਾਨੂੰ ਸੁੱਤਾ ਮੈਂ 6:30 7 ਵਜੇ ਉੱਠ ਗਿਆ ਹਾਂ ਤੁਹਾਨੂੰ ਮੈਂ ਹੀ ਠਾਇਆ ਤੂੰ ਹੀ ਮੈਨੂੰ ਉਠਾਉਣਾ ਸੀ ਲੈ ਲਓ ਨਾ ਮੈਂ ਫੋਨ ਕਰਦਾ ਰਹਿ ਗਏ ਸੀ ਤੁਸੀਂ ਮੇਰੀ ਚਾਹ ਖੁੱਲਣੀ ਸੀ 9:10-11 ਵਜੇ ਤੁਹਾਡੀ ਖੁੱਲਣੀ ਨਹੀਂ ਸੀਗੀ ਤੁਸੀਂ ਬਹੁਤ ਪਿਆਰੇ ਲੱਗਦੇ ਮੈਂ ਕੈਮਰੇ 'ਚ ਵੀ ਤੇ ਰੀਅਲ 'ਚ ਵੀ ਜਿੱਦਰੀ ਸ਼ਕਲ ਬਣਾਈ ਵੀ ਆ ਯਾਰ ਨਾ ਕਰੋ ਕੈਪਚਰ ਮੈਨੂੰ ਪਲੀਜ਼ ਕੈਪਚਰ ਤਾਂ ਕਰੂੰਗੀ ਕਿਉਂ ਨਾ ਕਰੋ ਪਲੀਜ਼ ਕਿਉਂ ਬੇਇੱਜ਼ਤੀ ਕਰਨੀ ਲਈ ਮੇਰੀ ਸਰ ਯਾਰ ਹੁਣ ਸੁੱਤਾ ਉੱਠ ਕੇ ਬੰਦਾ ਇਦਾਂ ਹੀ ਲੱਗਦਾ ਉਹ ਨਹੀਂ ਨਹਾਤਾ ਹੈਗਾ ਪਰ ਹੁਣ ਉਹ ਅੱਖਾਂ ਨਹੀਂ ਖੁੱਲੀਆਂ ਹਨ એનર્ਜੀ ਨਹੀਂ ਨਾ ਹੈਗੀ ਹੁਣ ਪਿੱਛੇ ਜੂਸ ਪਿਆ ਪਾਈਨਐਪਲ ਉਹ ਪੀ ਲਓ ਠੰਡਾ 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 ਯੈਸ ਸੋ ਮੈਨੂੰ ਹੁਣ ਫੋਕ ਦੂਜੀ ਤਰ੍ਹਾਂ ਕੈਮਰਾ ਨਹੀਂ ਘਮਾਉਣਾ ਤਾਂ ਮੈਨੂੰ ਟਾਈਮ ਲੱਗ ਸਕਦਾ ਇਦਾਂ ਸੌਰੀ ਗਾਇਸ ਹੈਲੋ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਅਸੀਂ ਚੱਲੇ ਆ ਮੱਥਾ ਟੇਕਣ ਦੋ ਤਿੰਨ ਜਗ੍ਹਾ ਤੇ ਜਾਵਾਂਗੇ ਜਿੱਥੇ ਜਿੱਥੇ ਜਾਵਾਂਗੇ ਨਾਲ ਨਾਲ ਅਪਡੇਟ ਕਰ ਦਾਂਗੇ ਐਂਡ ਅਸੀਂ ਆਲਰੇਡੀ 1.5 ਘੰਟਾ ਲੇਟ ਚੱਲ ਰਹੇ ਹਾਂ ਬਾਕੀ ਗੱਡੀ ਹੁਣ ਥੋੜੀ ਜਿਹੀ ਤੇਜ਼ ਚਲਾ ਕੇ ਟਾਈਮ ਨਾਲ ਪਹੁੰਚਾਂਗੇ ਰਸਤੇ 'ਚ ਰੁਕ ਕੇ ਪਹਿਲਾਂ ਬ੍ਰੇਕਫਾਸਟ ਕਰਾਂਗੇ ਕਿਉਂਕਿ ਟਾਈਮ ਘੱਟ ਸੀਗਾ ਸਾਡੇ ਕੋਲ ਸਾਨੂੰ ਸੀਗੇ ਪਹਿਲਾਂ ਨਿਕਲ ਜੀਏ ਫਿਰ ਰਸਤੇ 'ਚ ਕਿਤੇ ਵੀ ਰੁਕ ਕੇ ਆਪਾਂ ਖਾ ਪੀ ਲਵਾਂਗੇ ਕੁਛ ਐਂਡ ਹੋਰ ਕੁਛ ਨਹੀਂ ਕਹਿਣਾ ਕਿ ਤੁਸੀਂ ਬਿਲਕੁਲ ਸੋਹਣੇ ਨਹੀਂ ਲੱਗਦੇ ਇਗਨੋਰ ਕਰੋ ਇਹਨਾਂ ਨੂੰ ਅਤੇ ਮੇਰੇ ਪੈ ਜਾਣੀਆਂ 'ਚ ਪੈਣਾ ਬਣੇ ਰਹੋ ਵਲੋਗ ਦੇ ਨਾਲ ਉਹ ਘਰੋਂ ਨਿਕਲੇ ਨੂੰ ਹਲੇ ਅੱਧਾ ਘੰਟਾ ਹੋਇਆ ਜੂਸ ਵੀ ਪਹਿਲਾਂ ਫੜ ਕੇ ਬਹਿ ਗਏ ਦੋਨੋਂ ਇਹੀ ਕੰਮ ਆ ਤੁਸੀਂ ਪੀ ਕੇ ਮੈਨੂੰ ਫੜਾਇਆ ਕਿ ਬਾਹਰ ਸੁੱਟੀ ਉਹ ਮੈਂ ਤਾਂ ਗੱਡੀ ਚਲਾਉਣਾ ਪਿਆ ਉਹ ਯਾਰ ਦੱਸ ਮੈਂ ਤਾਂ ਗੱਡੀ ਮੇਰਾ ਤਾਂ ਉਹ ਪਿੱਛੇ ਪਿਆ ਆ ਮੈਂ ਤਾਂ ਪੀਣਾ ਹਲੇ ਪਿਆ ਉਹ ਪੇ ਦੋ ਜਿਹੜੇ ਬੱਚੇ ਆਹੋ ਪੇ ਉਧਰ ਪੇ ਆ ਇਹ ਤੁਸੀਂ ਪੀ ਕੇ ਫੜਾਇਆ ਆ ਨਾ ਦੇਖੋ ਤੁਹਾਡਾ ਆ ਮੇਰੀ ਤੇ ਲਿਪਸਟਿਕ ਲੱਗੀ ਹੋਈ ਆ ਪ੍ਰੂਫ ਹੈਗਾ ਜਿਆਦਾ ਨਾ ਝੂਠ ਬੋਲਿਆ ਕਰ ਉਹ ਠੀਕ ਆ ਯਾਰ ਤੁਸੀਂ ਮੰਨਦੇ ਕਿਤੇ ਮੇਰਾ ਨਾ ਲਾਦਿਆ ਕਰੋ ਆਪਣੀ ਨਹੀਂ ਤੁਸੀਂ ਡਾਈਟ ਮੰਨਣੀ ਕਿ ਮੇਰੀ ਡਾਈਟ ਬਹੁਤ ਜ਼ਿਆਦੀ ਆ ਮੈਂ ਬਹੁਤ ਖਾਣੀ ਆ ਉਹਦਾ ਡਾਈਟ ਹੈਗੀ ਇੰਨੀ ਵੀ ਹੈ ਨਹੀਂ ਕਿ ਮੈਂ ਤੁਹਾਡਾ ਹਿੱਸਾ ਵੀ ਪੀ ਜਵਾਂ ਹਬਸ਼ੀ ਨਹੀਂ ਹੈਗੀ ਮੈਂ ਪੀ ਜਾਣੇ ਤੁਸੀਂ ਬਸ ਕਰੋ ਅੱਧਾ ਘੰਟਾ ਹੋਇਆ ਨਹੀਂ ਸਵੇਰ ਦੇਖੋ ਹਲੇ ਹਲੇ ਕਿੱਥੇ ਹੁਸ਼ਿਆਰਪੁਰ ਪਹੁੰਚੇ ਆ ਹੁਸ਼ਿਆਰਪੁਰ ਥੋਕੇ ਦੇਖਦੇ ਆ ਮੈਂ ਕਿਹਾ ਤੇਲ ਵੀ ਪਵਾ ਲਈਏ ਜ਼ਰੂਰੀ ਆ ਹਿਮਾਚਲ ਦਾ ਕਹਿੰਦਾ ਤੇਲ ਵੀ ਪਾਉਣਾ ਚਾਹੀਦਾ ਬਹੁਤ ਜ਼ਰੂਰੀ ਆ ਹਾਂਜੀ ਹਾਂਜੀ ਚੈੱਕ ਕਰਦੇ ਪਏ ਚਾਹ ਚੂ ਪੀਨੇ ਬ੍ਰੇਕਫਾਸਟ ਕਰੀਏ ਪ੍ਰੋਪਰ ਤੇਲ ਮੈਂ ਕਿਹਾ ਫੁੱਲ ਕਰਾ ਲਈਏ ਟੈਂਕੀ ਮੈਨੂੰ ਮੈਸੇਜ ਆਇਆ ਹਾਂ ਅੱਜ ਦੀਦੀ ਤੁਸੀਂ ਸੋਹਣੇ ਲੱਗਦੇ ਆ ਅੱਜ ਵੀਰੇ ਦੀ ਰੱਜ ਕੇ ਬੇਇੱਜ਼ਤੀ ਕਰਿਓ ਮੈਂ ਕਿਹਾ ਅੱਜ ਬਸ ਵੀਰੇ ਦਿਵਾਲੇ ਹੀ ਆ ਮੈਂ ਵੀਰੇ ਆਪਣਾ ਮੂੰਹ ਦਿਖਾਇਓ ਸਾਰਿਆਂ ਨੂੰ ਕੋਈ ਗੱਲ ਨਹੀਂ ਫੇਕ ਹੀ ਹੋਇਆ ਇੱਕ ਦਿਨ ਕਰ ਲੂੰਗੇ ਤਾਂ ਬਾਕੀ ਦਿਨ ਹੈ ਦੱਸੋ ਵੀ ਕੀ ਖਾਣਾ ਮੈਨੂ ਦੋ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੁਸੀਂ ਦੱਸੋ ਕੀ ਖਾਓਗੇ ਪਰਾਂਠਾ ਆਲੂ ਪਿਆਜ਼ ਮਿਕਸ ਗੋਭੀ ਕਰਡ ਪਨੀਰ ਪਰਾਂਠਾ ਚਨਾ ਪੂਰੀ ਸਪੈਸ਼ਲ ਪੂਰੀ ਭਾਜੀ ਚਟਨੀ ਸਪੈਸ਼ਲ ਫਰੀ ਸੌਰੀ ਫਿਰ ਸੈਂਡਵਿਚ ਆ ਮੇਨ ਕੋਰਸ ਤਾਂ ਨਹੀਂ ਖਾਵਾਂਗੇ ਰੋਟੀ ਆਲੂ ਪਰਾਂਠਾ ਸੈਲਡ ਆਲੂ ਪਰਾਂਠਾ ਮੈਂ ਮਿਕਸ ਖਾਊਂਗੀ ਕੈਮਰੇ 'ਚ ਦੇਖੋ ਨਾ ਜਦੋਂ ਮਤਲਬ ਹਾਂ ਕੈਮਰੇ 'ਚ ਦੇਖੋ ਜਦੋਂ ਤੁਸੀਂ ਇੱਧਰ ਉੱਧਰ ਮਤਲਬ ਕੈਮਰੇ 'ਚ ਨਹੀਂ ਦੇਖਦੇ ਨਾ ਉਦੋਂ ਵੀ ਅੱਖਾਂ ਭੈਂਗੀਆਂ ਹੋ ਗਈਆਂ ਤੁਹਾਡੀਆਂ ਠੀਕ ਹੈ ਹਾਂ ਸ਼ਕਲ ਹੈ ਜਿਹੜੀ ਉੱਦਾਂ ਦੀ ਗੰਦੀ ਜੀ ਬਣਾਈ ਹੋਈ ਆ ਇੱਧਰ ਦੇਖੋ ਕੈਮਰੇ 'ਚ ਯੈਸ ਹੁਣ ਥੋੜ੍ਹਾ ਬੈਟਰ ਹੋ ਗਿਆ ਅੱਗੇ ਨਾਲੋਂ ਠੀਕ ਹੈ ਉੱਥੇ ਪਹੁੰਚ ਕੇ ਥੋੜ੍ਹਾ ਜਿਹਾ ਮੇਕਅਪ ਕਰ ਦੂੰਗੀ ਤੁਹਾਡਾ ਅਤੇ ਫਿਰ ਥੋੜ੍ਹੀ ਸ਼ਕਲ ਸੋਹਣੀ ਲੱਗੂਗੀ ਫੋਟੋ ਵੀ ਖਿੱਚਣੀਆਂ ਨਾ ਜੇ ਕੋਈ ਸਾਡਾ ਵਲੌਗ ਦੇਖ ਰਿਹਾ ਨਾ ਮਤਲਬ ਦੇਖ ਤਾਂ ਚਲੋ ਤੁਸੀਂ ਸਾਰੇ ਰਹੇ ਹੀ ਹੋ ਕਦੇ ਵੀ ਆਹ ਜਗ੍ਹਾ 'ਤੇ ਨਹੀਂ ਆਉਣਾ ਇਟਸ ਕੋਹੀਨੂਰ ਹੋਟਲ ਐਂਡ ਰੈਸਟੋਰੈਂਟ ਪਿਓਰ ਵੈੱਜ ਏ ਸੀ ਰੂਮਸ ਰੂਮਸ ਦਾ ਚਲੋ ਸਾਨੂੰ ਨਹੀਂ ਹੋ ਪਤਾ ਬਟ ਆਹ ਜਗ੍ਹਾ 'ਤੇ ਕਦੇ ਨਹੀਂ ਆਉਣਾ ਇੰਨੀ ਗੰਦੀ ਸਰਵਿਸ ਇਹਨਾਂ ਦੀ ਸਾਨੂੰ ਆਈ ਥਿੰਕ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਹੈ ਨਾ ਹੋ ਗਿਆ ਇੰਨਾ ਕੁ ਤਾਂ ਭਾਂਡੇ ਹੀ ਝੂਠੇ ਚੱਕੀ ਜਾਂਦਾ ਉਹ ਬਸ ਸਾਰਿਆਂ ਦੇ ਝੂਠੇ ਭਾਂਡੇ ਹੀ ਚੱਕੀ ਜਾਂਦਾ ਕੋਈ ਆਰਡਰ ਨਹੀਂ ਲਿਆ ਸਾਨੂੰ ਭੁੱਖੇ ਨਹੀਂ ਲੱਗੇ ਉਹ ਤਾਂ ਸਾਡੇ ਕੋਲ ਟਾਈਮ ਉਨਾ ਕੁ ਹੁੰਦਾ ਲਿਮਿਟਿਡ ਜਿਹਾ ਹੈ ਨਾ ਕਿ ਸਾਨੂੰ ਵੀ ਅੱਗੇ ਰਸ਼ ਨਾ ਮਿਲੇ ਸੰਡੇ ਅੱਜ ਕੋਈ ਆਰਡਰ ਨਹੀਂ ਲੈਣ ਆ ਰਿਹਾ ਕੁਛ ਕੋਈ ਦੇਖ ਹੀ ਨਹੀਂ ਰਿਹਾ ਉੱਥੇ ਕੋਈ ਸਰਵਿਸਮੈਨ ਮਤਲਬ
मूड खराब करता सारा। हुण अगे कुछ लभदे आ वधिया जिहा, फिर उत्थे ब्रेकफास्ट करते आ। ब्रेकफास्ट करन तों बाद थोड़ी एनर्जी जी आजूगी। बस इन्ना ही दसना सी कि तुहानूं वी इदां दी जगह ते ना रुको। बाकी मनीषुरी इत्थे वी रुक सकदे, पर इत्थे रश बहुत ज़्यादा। पंजाबी वैष्णो ढाबा, आई थिंक ढाबे ते रुकना ज़्यादा वधिया। उह तां आपां लोकेशन देख के रुक गए ते मज़ा बिल्कुल नहीं आया उत्थे रुकना। इत्थे चलो अगे, चलो यार अगे चलो। सही लगता सी। बस हुण तुसीं अगली जगह ते जाके कहना, तैनूं कहा सी ना सारी गल, तुसीं मेरे ते सुट दिया करो। फिर आ भी सही आ, इत्थे रुक दे। हां जी, ਆ ਤੁਹਾਡੇ ਕਰਕੇ ਮੈਨੂੰ ਕੀ ਹੱਥ ਕਰੋ ਖਾਣ ਦਾ ਪਤਾ ਤੁਹਾਨੂੰ ਕੀ ਹੋਇਆ? ਮੈਂ ਧੋ ਲੈਣੇ ਸੀ ਉੱਥੋਂ। ਲਾਓ ਸੈਨੀਟਾਈਜ਼ਰ। ਤੁਹਾਡੇ ਕਰਕੇ ਮੈਨੂੰ ਇੰਨਾ ਕੁਛ ਚੱਕਣਾ ਪੈਂਦਾ, ਕਦੇ ਸਨਸਕ੍ਰੀਨ ਤੇ ਕਦੇ ਕੁਛ, ਵੀ ਮੇਰਾ ਭਰਾ ਸਹੀ ਰਵੇ। ਕਰਨੀ ਕਿਸੇ ਨੇ ਇੰਨੀ ਕੇਅਰ? ਨਹੀਂ ਨਹੀਂ, ਕਿਸੇ ਨੇ ਨਹੀਂ ਕਰਨੀ। ਲਓ ਜੀ, ਅਸੀਂ ਖਾਣ ਲੱਗੇ ਹੁਣ ਪਰੌਂਠੇ। ਕੀ ਰਹਿ ਸੀ चार बंद सो लेना साढ़े दो सो मंगी लगता है। लाइन बहुत लंबी लगी पई है, हले तक नहीं बारी आई। ਹਾਂਜੀ, ਬਹੁਤ ਗਰਮੀ ਆ। ਦੇਖ ਲਿਆ ਮੱਥਾ? ਦਰਸ਼ਨ ਬਹੁਤ ਵਧੀਆ ਹੋਏ ਆ, ਥੋੜਾ ਟਾਈਮ ਲੱਗਾ ਬਟ ਇੰਨਾ ਕਿ ਜੈ ਨਹੀਂ ਕਰਦਾ ਸੀ ਨਾ ਅੰਦਰੋਂ, ਬਾਹਰ ਉਹਨੂੰ ਜਦੋਂ ਅੰਦਰ ਬਾਰੇ ਮੱਥਾ ਟੇਕਿਆ। ਹਾਂ, ਅੰਦਰ ਸੱਚੀ ਇੰਨੀ ਪੋਜ਼ਿਟਿਵਿਟੀ ਸੀ ਨਾ, ਬਾਹਰ ਆਣ ਨੂੰ ਦਿਲ ਨਹੀਂ ਕਰਦਾ ਸੀ ਬਟ ਹਜੇ ਅਸੀਂ ਦੋ ਜਗ੍ਹਾ ਹੋਰ ਮੱਥਾ ਟੇਕਣਾ ਆ, ਸੋ ਸਾਨੂੰ ਆਉਣਾ ਪਿਆ। ਨੈਕਸਟ ਟਾਈਮ ਜਦੋਂ ਆਵਾਂਗੇ ਫਿਰ ਜ਼ਿਆਦਾ ਦੇਰ ਬੈਠਾਂਗੇ ਅੰਦਰ। जय माता दी, छेती बुलायो माता रानी दोबारा, छेती आवांगे। आवांगे जल्दी। हुण असीं आए आ मां चिंतपुरनी। पहला असीं मत्था टेकिया सीगा मां बगला मुखी, फिर असीं गए ज्वाला जी, हुण असीं चिंतपुरनी आए आ। थके भी बहुत होए आ क्योंकि सानू मत्था टेकदा नू ही उत्थे 3-4 घंटे सानू लाइन च लग गए, एंड धुप बहुत ज़्यादा सी। वैसे तो चलो कोई नहीं, ਵੀ ਗਏ ਪੇਟਾਂ ਚੱਲਦੀਆਂ ਸੀ, ਬਹੁਤ ਪੀਸਫੁੱਲ ਜਿਹਾ ਸੀਗਾ, ਮਜ਼ਾ ਆਇਆ ਬਹੁਤ ਜ਼ਿਆਦਾ, ਬਹੁਤ ਸ਼ਾਂਤੀ ਮਿਲੀ। ਅਸੀਂ ਬਹੁਤ ਘੁੰਮਦੇ ਫਿਰਦੇ ਰਹਿੰਦੇ ਹਾਂ ਬਟ ਬਹੁਤ ਟਾਈਮ ਤੋਂ ਮਨ ਸੀ ਸਾਡਾ ਮੱਥਾ ਟੇਕਣ ਆਉਣ ਦਾ, ਐਂਡ ਫਾਈਨਲੀ ਸਾਡਾ ਅੱਜ ਪਲੈਨ ਬਣਿਆ। ਆਈ ਥਿੰਕ 1.5 ਸਾਲ ਬਾਅਦ ਸਾਡਾ ਪਲੈਨ ਬਣਿਆ ਹੋਣਾ, ਐਂਡ ਹੁਣ ਵੀ ਸਾਨੂੰ ਇਹ ਪਤਾ ਲੱਗਾ ਕਿ ਉੱਪਰ ਦਰਬਾਰ ਬਹੁਤ ਜ਼ਿਆਦਾ ਸੰਗਤ ਆ। ਹੁਣ ਅਸੀਂ ਜਾ ਕੇ ਦੇਖਦੇ ਹਾਂ, ਜੇ ਸੰਗਤ ਘੱਟ ਹੋਈ ਫਿਰ ਅਸੀਂ ਮੱਥਾ ਟੇਕ ਲਾਂਗੇ, ਨਹੀਂ ਤਾਂ ਫਿਰ ਅਸੀਂ ਬਾਹਰੋਂ ਹੀ ਮੱਥਾ ਟੇਕ ਕੇ ਵਾਪਸ ਆ ਕੇ ਫਿਰ ਦੁਬਾਰਾ ਜਲਦੀ ਤੋਂ ਜਲਦੀ ਪਲੈਨ ਬਣਾਵਾਂਗੇ। ਬਾਕੀ ਹੁਣ ਉੱਪਰ ਜਾ ਕੇ ਦੇਖਦੇ ਹਾਂ, ਐਂਡ ਮਤਲਬ ਵਰਡਸ ਨਹੀਂ ਹੈਗੇ, ਬਹੁਤ ਜ਼ਿਆਦਾ ਸ਼ਾਂਤੀ ਮਿਲੀ ਅੱਜ ਦਿਲ ਨੂੰ, ਬਹੁਤ ਜ਼ਿਆਦਾ ਹੈ ਨਾ। ਪੈਸੇ ਚੱਕ ਲਵਾਂ ਥੋੜ੍ਹੇ? ਪੈਸੇ ਚੱਕ ਲਓ, ਮੈਂ ਕੀ ਕਿਹਾ, ਸ਼ਾਂਤੀ ਮਿਲੀ ਨਾ, ਬਹੁਤ ਸ਼ਾਂਤੀ ਮਿਲੀ। ਕਾਵੜ ਹੋ ਗਈ ਲੱਤਾਂ ਦੀ ਨਾ, ਲੱਤਾਂ ਉਹ ਇੱਕ ਐਕਚੁਅਲੀ ਨਾ ਮਤਲਬ ਇੱਕ ਜਗ੍ਹਾ 'ਤੇ ਖੜ੍ਹੇ ਰਹੇ ਅਸੀਂ ਪੂਰਾ 1 ਘੰਟਾ। ਜਦੋਂ ਚੱਲਦੇ ਰਹੋ ਨਾ ਫਿਰ ਉਹ ਚੀਜ਼ਾਂ ਨਹੀਂ ਪਤਾ ਲੱਗਦੀਆਂ, ਬਟ ਜਦੋਂ ਆਪਾਂ ਖੜ੍ਹੇ ਹੋ ਜਾਂਦੇ ਇੱਕ ਜਗ੍ਹਾ 'ਤੇ, ਉੱਥੇ VIP ਐਂਟਰੀਜ਼ ਬੰਦ ਹੋਣੀਆਂ ਚਾਹੀਦੀਆਂ ਇੱਦਾਂ ਦੀ ਜਗ੍ਹਾ 'ਤੇ। ਜਦੋਂ ਬਹੁਤ VIP ਐਂਟਰੀਜ਼, ਜਦੋਂ VIP ਐਂਟਰੀਜ਼ ਆ ਜਾਂਦੀਆਂ, ਬਾਕੀ ਸਾਰੀ ਸੰਗਤ ਨੂੰ ਰੋਕ ਕੇ VIPs ਨੂੰ ਐਂਟਰੀ ਕਰਾ ਦਿੰਦੇ ਨਾ ਸਪੈਸ਼ਲ। ਇਹ ਚੀਜ਼ਾਂ ਗਲਤ ਆ,
ਕੋਈ ਬੰਦਾ ਤਿੰਨ ਤਿੰਨ ਚਾਰ ਚਾਰ ਘੰਟੇ ਵੇਟ ਕਰ ਰਿਹਾ ਐਂਡ ਕੋਈ ਬੰਦਾ ਸਿੱਧਾ 5 ਮਿੰਟ 'ਚ ਅੰਦਰ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜੀ ਕਹਿੰਦੇ ਚਿੰਤਪੁਰਨੀ ਵੀ ਦਰਸ਼ਨ ਕਰ ਲਏ ਮਾਤਾ ਦੇ, मैं छोटे होते बहुत छापे लगाए आफ्टर सो लॉन्ग। ਜਵਾਲਾ ਜੀ ਵੀ ਟੇਕ ਲਿਆ ਮੱਥਾ ਫਾਈਨਲੀ। ਕਿੰਨੇ ਤਿੰਨ ਘੰਟੇ ਲੱਗੀ ਗਏ ਲੈਣ ਨੂੰ? ਸਿਰ ਨਹੀਂ ਦੁਖਿਆ ਜਿੱਦਾਂ ਦੇ ਸਿਰੇ ਘਰੋਂ ਨਿਕਲੇ ਸੀ ਨਾ, ਦੁਬਾਰਾ ਉਦਾਂ ਦੀ ਸ਼ਕਲ ਹੋ ਗਈ ਗੰਦੀ ਜੀ। ਵਿੱਚ ਸਹੀ ਹੋ ਗਿਆ ਸੀ ਨਾ, ਵਿੱਚ ਮੈਂ ਤੁਹਾਡੇ ਸਨਸਕ੍ਰੀਨ ਲਾ ਦਿੱਤੀ ਸੀ ਨਾ। ਚਲੋ 4 ਘੰਟੇ ਉਹ ਲੈਣ ਚ ਲੱਗੇ ਨੇ ਯਾਰ, ਬਸ ਹੀ ਹੋਣੀ ਬੰਦੇ ਦੀ ਕੀ ਕਰੇ। ਸਹੀ ਗੱਲ ਆ, ਆ ਵਾਲੇ ਵੀ ਸੋਹਣੇ ਹੋ ਗਏ। ਗ੍ਰੇ ਕਲਰ ਦਿਖਾਓ ਅੰਕਲ, ਗ੍ਰੇ ਗ੍ਰੇ ਗ੍ਰੇ। ਮੈਂ ਦੇਖ ਲਾਂ ਕੁਝ ਪੰਜਾਬੀ ਜੁੱਤੀ, ਨਹੀਂ ਮੈਂ ਨਹੀਂ ਲੈਣੀ ਯਾਰ। ਹੁਣ ਤਾਂ ਮੈਨੂੰ ਮੋਢੇ ਤੇ ਚੱਕ ਕੇ ਲਾਇਓ, ਪੈਰਾਂ ਦਾ ਹਾਲ ਤਾਂ ਲੈਣ ਮੂਵਰ ਗਈ ਹੋਈ। चलो आपकी शॉप आ जाएगी फिर आज। बहुत ज्यादा थक हो पे, बहुत ज्यादा ट्रैवल करना वाला ना, मतलब गोल 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 सिर घूम रहा बहुत ज्यादा। हुण असीं लगे आइसक्रीम खान, क्योंकि कॉफ़ी असीं दोनों ही ज़्यादा पी के खुश नहीं है, चाह वाले हैगे आ, पर मेरा चाह का भी मन नहीं सी, मनीष ने चाह पी ली। हुण आइसक्रीम लवेंगे एक तो शेयर करांगे, जो टेस्टी लगी तो फिर होर ले लाँगे, बाकी देखते हैं। मैंने वो लोकेशन बहुत ज़्यादा पसंद आ कॉफ़ी हाउस की, बट सा प्लैन ही नहीं कदे बन रहा है, जो हूँ बनया तो हूँ असी लेट हो गए, नेरा हो गया, हूँ कोई फायदा नहीं, शूट भी नहीं होना। सो दोबारा आवेंगे फिर, ठीक है, जल्दी लेके आना मुझे, ओके पक्का। जल्दी आवांगे, चलो फिर आइसक्रीम खवाओ मैनू। चलो रोज जायो पहला, ऑर्डर करो पहला। मैं आइसक्रीम ले लिया, मनीषुर दा मुंह बन गया, खोलियो नहीं तो मुंह का तो बना लिया है। मेरे दोनों फेवरेट फ्लेवर है टूटी फ्रूटी एंड ब्लैक कर, हुन बंद भी कर दो, जो बंद करके बंद कर दियो। की वीडियो किसी का तो पे हो तुसी, करे जान दिल नहीं कर रहा, को तेनु गड्डी चलाण नु दिल करदा पया, ड्रामे करी जा। सही गल है, हां बदतमीज इंसान, मेरा पर्स देख गया किधर डिग गया, ओदे थल्ले गड्डी थल्ले नहीं आ, थल्ले मेरे पैर में चक लगे। आइसक्रीम नहीं, ठीक है मैं आइसक्रीम खानी नहीं।